ਸਤਿਕਾਰ ਜੀ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਅੰਜਨਾ ਠਾਕੁਰ ਹਾਜ਼ਰ ਹਾਂ ਜੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਖਾਸ ਇਸੇ ਕਰਕੇ ਕਿ ਅੱਜ ਕੈਨੇਡਾ ਬਾਰੇ ਹੀ ਚਰਚਾ ਕਰਾਂਗੇ ਕੈਨੇਡਾ ਨੂੰ ਲੈ ਕੇ ਹਲੇ ਵੀ ਕਨਫਿਊਜ਼ਨ ਬਹੁਤ ਜ਼ਿਆਦਾ ਬਣਿਆ ਹੈ ਕਿਉਂਕਿ ਹਰ ਕੰਸਲਟੈਂਟ ਏਜੰਟ ਵੱਖ ਵੱਖ ਪੁਆਇੰਟਸ ਦੱਸ ਰਹੇ ਨੇ ਬੱਚਾ ਕਨਫਿਊਜ਼ ਹੋ ਰਿਹਾ ਜੀ ਕਨਫਿਊਜ਼ਨ ਦੂਰ ਕਰਨ ਲਈ ਅੱਜ ਖਾਸ ਸੱਦਾ ਦਿੱਤਾ ਗਿਆ ਪਾਇਓਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਾਰਗ ਜੀ ਨੂੰ ਜਿਹੜੇ ਕਿ ICCRC ਮੈਂਬਰ ਵੀ ਨੇ ਵੈਲਕਮ ਟੂ ਦ ਸ਼ੋ ਸਰ ਬਹੁਤ ਬਹੁਤ ਧੰਨਵਾਦ ਸੋ ਅਤੇ ਸੱਦਾ ਦੇਣ ਲਈ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਨਾਲ ਹੀ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਹਨ ਇੱਕ ਸਪੈਸ਼ਲ ਗੈਸਟ ਮਿਸਟਰ ਲਵਜੀਤ ਸਿੰਘ ਜੀ ਜਿਹੜੇ ਕਿ ਰੀਜਨਲ ਮੈਨੇਜਰ ਇੰਡੀਆ ਦੇ ਨੇ ਵੈਲਕਮ ਟੂ ਦ ਸ਼ੋ ਸਰ ਥੈਂਕ ਯੂ ਸੋ ਮਚ ਸਰ ਅੱਜ ਦਾ ਸ਼ੋਅ ਤੁਹਾਡੇ ਤੋਂ ਮੈਂ ਸਟਾਰਟ ਕਰਾਂਗੀ ਕਿ ਮੋਸਟਲੀ ਆਪਾਂ ਆਫ ਦ ਰਿਕਾਰਡ ਜਿਵੇਂ ਗੱਲ ਕਰ ਰਹੇ ਸੀਗੇ RNIP ਦੀ ਗੱਲ ਕਰ ਰਹੇ ਸੀਗੇ ਬੇਸਿਕਲੀ ਬਹੁਤ ਸਾਰਾ ਸਟੂਡੈਂਟ ਹੈਗਾ ਜਾਂ ਪੇਰੈਂਟਸ ਹੈਗੇ ਜਿਹੜੇ ਕਿ ਅਵੇਅਰ ਨਹੀਂ ਹੈ ਇਹਦੇ ਬਾਰੇ ਡਿਟੇਲ ਦੇ ਵਿੱਚ ਕੀ ਜਾਣਕਾਰੀ ਦੇਣਾ ਚਾਹੋਗੇ ਐਕਚੁਲੀ ਫਸਟ ਆਫ ਆਲ ਮੈਂ ਥੈਂਕਸ ਕਰਾਂਗਾ ਮਿਸਟਰ ਗਰਗ ਦਾ ਬਿਕੋਜ਼ ਇੰਡੀਆ ਦੇ ਵਿੱਚ ਸੂ ਕਾਲਜ ਇਜ਼ ਆਲਰੇਡੀ ਬੀਂਗ ਪ੍ਰਮੋਟਿਡ ਫਰੋਮ ਲਾਸਟ ਕਪਲ ਆਫ ਈਅਰਸ ਈਵਨ ਮੈਂ ਕਹਾਂਗਾ ਡਿਗੇਟ ਤੋਂ ਹੀ ਜ਼ਿਆਦਾ 1965 'ਚ ਇਸਟੈਬਲਿਸ਼ ਹੋਇਆ ਸੀ ਇਸੇ ਗੌਰਮੈਂਟ ਕਾਲਜ ਆਫ ਓਨਟੈਰੀਓ ਬਟ ਜੇ ਅਸੀਂ ਗੱਲ ਕਰੀਏ RNIP ਇਜ਼ ਸਪੈਸ਼ਲੀ ਡਿਜ਼ਾਈਨ ਅ ਪ੍ਰੋਗਰਾਮ ਬਾਏ ਦੀ ਗੌਰਮੈਂਟ ਆਫ ਕੈਨੇਡਾ ਅਰਲੀਅਰ ਜਿਹੜਾ PR ਪਾਰਟ 'ਤੇ ਜਿਹੜਾ ਹੁੰਦਾ ਸੀ ਦੈਟ ਵਾਜ ਫੋਕਸ ਔਨ ਕੈਨੇਡਾ ਗੌਰਮੈਂਟ ਕੈਨੇਡੀਅਨ ਫੈਡਰਲ ਪਾਰਟ 'ਤੇ ਜਾਂ ਫਿਰ PNP ਜਿਹੜਾ ਕਿ ਸਟੇਟ ਵਾਈਜ਼ ਨੋਮੀਨੇਸ਼ਨ ਸੀ ਬਟ ਵਿਦ ਦਾ ਪੈਸੇਜ ਆਫ ਦਾ ਟਾਈਮ ਨਾਓ ਫਾਈਨਲੀ ਗੌਰਮੈਂਟ ਇੰਟਰਡਿਊਸ 11 ਕਮਿਊਨਿਟੀਜ਼ ਇਨ ਕੈਨੇਡਾ ਪੂਰੇ ਕੈਨੇਡਾ 'ਚ 11 ਕਮਿਊਨਿਟੀਜ਼ ਨੇ 11 ਜਿਹਨਾਂ ਨੂੰ ਆਪਾਂ ਸਿਟੀਜ਼ ਜਾਂ ਰੀਜਨ ਵੀ ਕਹਿ ਸਕਦੇ ਹਾਂ ਉਹਨਾਂ ਰੀਜਨ ਬੇਸਿਸ ਦੇ ਉੱਤੇ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਸ ਉਹਨਾਂ ਨੇ ਐਪਲੀਕੇਸ਼ਨਸ ਅਸੈਪਟ ਕਰ ਰਹੇ ਨੇ ਉਹਨਾਂ ਵਿੱਚੋਂ ਦੀ ਸੂ ਸੇਂਟ ਮੇਰੀ ਇਜ਼ ਵਨ ਆਫ ਦੈਮ ਇਨ ਓਨਟੈਰੀਓ ਸੂ ਸੇਂਟ ਮੇਰੀ ਐਕਚੁਅਲੀ ਇਹਨੂੰ ਸੋਲਟ ਲਿਖਿਆ ਜਾਂਦਾ ਬਟ ਪ੍ਰੋਨੰਸੀਏਸ਼ਨ ਇਜ਼ ਅ ਸੂ ਇਜ਼ ਅ ਫ੍ਰੈਂਚ ਵਰਡ ਜੇ ਅਸੀਂ ਗੱਲ ਕਰੀਏ ਸੂ ਸੇਂਟ ਮੇਰੀ ਇਜ਼ ਵਨ ਆਫ ਦੋਜ਼ 11 ਸਿਟੀਜ਼ ਵਿਚ ਕਮਸ ਇਨ ਰੀਜਨਲ areas and it's a highly demanded into the employment opportunities in the satisfaction in the terms of the employment in the terms of the students and SU college is the only public college in that region and it's very very beneficial which will be fast track option matlab ki ide je student apply karenge unhanu ਉਹਨਾਂ ਦੀ ਡਿਮਾਂਡ ਜ਼ਿਆਦਾ ਰਹੇਗੀ ਐਂਡ ਉਹਦਾ ਪਰਮਨੈਂਟ ਰੈਜ਼ੀਡੈਂਸੀ ਵੀ ਉਹਨਾਂ ਨੂੰ ਈਜ਼ੀ ਰਹੇਗੀ ਐਜ਼ ਕੰਪੇਅਰ ਟੂ ਅਦਰ ਸਿਟੀਜ਼ ਜੀ ਸਰ ਜਿਵੇਂ ਪਰਮਾਨੈਂਟ ਰੈਜ਼ੀਡੈਂਸੀ ਦੀ ਇੱਥੇ ਗੱਲ ਕਰ ਰਹੇ ਹਾਂ ਕੈਨੇਡਾ ਦੀ ਖਾਸ ਜੇ ਗੱਲ ਕਰੀਏ ਪੰਜਾਬ ਦਾ ਸਟੂਡੈਂਟ ਹੈ ਡ੍ਰੀਮ ਡੈਸਟੀਨੇਸ਼ਨ ਦੇ ਤੌਰ ਤੇ ਦੇਖਦਾ ਹੈ ਸਰ ਐਗਜੈਕਟਲੀ ਤੇ ਪਰਮਾਨੈਂਟ ਰੈਜ਼ੀਡੈਂਸੀ ਦੀ ਜੇ ਆਪਾਂ ਗੱਲ ਕਰਦੇ ਹਾਂ ਪ੍ਰੋਸੈਸ ਕਿਵੇਂ ਰਹਿੰਦਾ ਹੈ ਕਿੰਨਾ ਕੀ ਬੱਚੇ ਨੂੰ ਦੇਖਣਾ ਪੈਂਦਾ ਪ੍ਰੋਬਲਮਸ ਫੇਸ ਕਰਨੀ ਪੈਂਦੀ ਹੈ ਐਕਸਪੀਰੀਅੰਸ ਆਈ ਥਿੰਕ PR ਦੇ ਬਾਰੇ ਜੇ ਮਿਸਟਰ ਗਰਗ ਜ਼ਿਆਦਾ ਐਕਸਪਲੇਨ ਕਰੇ ਬਿਕੋਜ਼ ਇਜ਼ ਅ ਇਮੀਗ੍ਰੇਸ਼ਨ ਐਡਵਾਈਜ਼ਰ ਹੀ ਕੈਨ ਸਪੀਕ ਬੈਟਰ ਇਨ ਦੀ ਟਰਮਸ ਆਫ ਦੀ PR ਬਟ ਯੈਸ ਡੈਫੀਨੇਟਲੀ ਜੇ ਉਹ ਇਸ ਰੀਜਨ ਦੇ ਵਿੱਚ ਉਹਨਾਂ ਕੋਲ ਜੋਬ ਆਫਰ ਹੈਗੇ ਆ ਜੇ ਉਹ ਆਪਣਾ PR ਦੇ ਪੁਆਇੰਟ ਆਫ 'ਤੇ ਜੇ ਅਸੀਂ ਗੱਲ ਕਰੀਏ ਇਸ ਰੀਜਨ ਜੋ ਉਹਨਾਂ ਸਟੂਡੈਂਟ ਹੈਗੇ ਨੇ ਜੋ ਉਹਨਾਂ ਨੇ ਇੱਥੇ ਸਟੱਡੀ ਕੀਤੀ ਆ ਉੱਥੇ ਜੋਬ ਆਫਰ ਲੈਟਰ ਹੈ ਜੋਬ ਉਹਨਾਂ ਕੋਲ ਅਤੇ ਉਹਨਾਂ ਨੂੰ ਇੱਕ ਰਿਕਮੈਂਡੇਸ਼ਨ ਲੈਟਰ ਮਿਲ ਰਿਹਾ ਉਸ ਰੀਜਨ ਦੇ ਵੱਲੋਂ ਉਸ ਕਮਿਊਨਿਟੀ ਵੱਲੋਂ ਉਹ ਉਹਨਾਂ ਨੂੰ ਹੈਲਪ ਕਰੇਗਾ ਟੂ ਲੀਡ ਫੋਰ ਦਾ PR ਜੀ ਸਰ ਬਿਲਕੁਲ ਲਵਜੀਤ ਜੀ ਨੇ ਐਕਸਪਲੇਨ ਕੀਤਾ ਬਾਅਦ ਦੇ ਵਿੱਚ ਜਿਹੜਾ ਹੈਗਾ ਰੀਸੈਂਟਲੀ ਸਟਾਰਟ ਹੋਇਆ ਔਰ ਜਿਸ ਤਰ੍ਹਾਂ ਕਿ ਕਮਿਊਨਿਟੀ ਡਿਮਾਂਡ ਦਾ ਇਹ ਪ੍ਰੋਗਰਾਮ ਹੈਗਾ ਜਿਸ ਦੇ ਵਿੱਚ ਫਸਟ ਟਰੈਕ PR ਕੈਨੇਡੀਅਨ ਗੌਰਮੈਂਟ ਨੇ ਅਨਾਊਂਸ ਕੀਤੀ ਹੈਗੀ ਹੈ ਹੋਰ ਰੂਲਸ ਅਤੇ ਕਈ ਕੁਛ ਹਾਲੇ ਡਿਵੈਲਪਮੈਂਟਸ ਇਸ ਪ੍ਰੋਗਰਾਮ ਦੇ ਵਿੱਚ ਚੱਲਦੀਆਂ ਪਈਆਂ ਨੇ ਔਰ ਚੇਂਜਿਸ ਹੋਣ ਦੀ ਸੰਭਾਵਨਾ ਹੈਗੀ ਹੈ ਅਤੇ ਜਿਸ ਤਰ੍ਹਾਂ ਚੇਂਜਿਸ ਹੋਣਗੀਆਂ ਉਸ ਤਰ੍ਹਾਂ ਅਨਾਊਂਸ ਕਰਕੇ ਅਸੀਂ ਆਪਣੇ ਜਿਹੜੇ ਕਲਾਇੰਟਸ ਨਾਲ ਸਟੂਡੈਂਟਸ ਨਾਲ ਸ਼ੇਅਰ ਕਰਾਂਗੇ ਲੇਕਿਨ ਇਸ ਵਕਤ ਜਿਸ ਤਰ੍ਹਾਂ ਆਲਮੋਸਟ ਲਵਜੀਤ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਇਹ 11 ਕਮਿਊਨਿਟੀਜ਼ ਸ਼ੇਅਰ ਕਰਦੀਆਂ ਪਈਆਂ ਔਰ ਉਹਨਾਂ ਦੀ ਰਿਕਮੈਂਡੇਸ਼ਨ 'ਤੇ 11 ਕਮਿਊਨਿਟੀਜ਼ ਜਿਹੜਾ ਸ਼ੂ ਸੈਂਟ ਮੈਰੀ ਇਜ਼ ਵਨ ਆਫ ਦੈਮ ਉਸ ਇਲਾਕੇ ਦੀ ਜਿਹੜੀ ਕਮਿਊਨਿਟੀ ਹੈਗੀ ਹੈ ਔਰ ਉਹਨਾਂ ਦੀ ਰਿਕਮੈਂਡੇਸ਼ਨ 'ਤੇ ਅਗਰ ਜਾਂ ਤਾਂ ਉਹ ਕੁਛ ਵਰਕ ਕੀਤਾ ਹੋਵੇ ਜਾਂ ਉੱਥੇ ਦੇ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਾਈ ਕੀਤੀ ਹੋਵੇ ਇੱਕ ਰਿਕੁਆਇਰਮੈਂਟ ਹੈਗੀ ਹੈ ਜੋਬ ਆਫਰ ਹੋਣੀ ਚਾਹੀਦੀ ਹੈ ਕੁਛ ਹੋਰ ਰਿਕੁਆਇਰਮੈਂਟਸ ਲੈਂਗੁਏਜ ਦੀ ਹੈ ਲੈਂਗੁਏਜ ਜਿਹੜੀਆਂ ਆਈਲੈਟਸ ਦੀ ਰਿਕੁਆਇਰਮੈਂਟਸ ਵੀ ਹੈਗੀਆਂ ਨੇ ਥੋੜ੍ਹੀ ਜਿਹੀ ਲੰਬੀ ਗੱਲਬਾਤ ਹੈਗੀ ਹੈ ਅਗਰ ਉਹ ਬੱਚਾ ਰਿਕੁਆਇਰਮੈਂਟਸ ਮੀਟ ਕਰਦਾ ਮੇਨਲੀ ਜਿਹੜੀ ਹੈ ਔਫਕੋਰਸ ਜੀ ਕਿਉਂਕਿ ਆਈਲੈਟਸ ਆਲਰੇਡੀ ਕਰਕੇ ਗਏ ਹੁੰਦੇ ਨੇ ਬੱਚੇ ਜਾਂ ਲੈਂਗੁਏਜ ਰਿਕੁਆਇਰਮੈਂਟਸ ਆਲਰੇਡੀ ਮੀਟ ਕਰਦੇ ਨੇ ਕੋਈ ਪ੍ਰੋਬਲਮ ਨਹੀਂ ਹੋਏਗੀ ਬੱਚਿਆਂ ਨੂੰ ਅਤੇ ਲੇਕਿਨ ਉਹ ਜਿਹੜੀ ਕੰਡੀਸ਼ਨਸ ਹੈਗੀਆਂ ਨੇ ਉਹਨਾਂ ਨੂੰ ਮੀਟ ਕਰਨਾ ਮੇਨਲੀ ਇਹੀ ਹੈਗਾ ਕਿ ਉਸ ਇਲਾਕੇ ਦੇ ਵਿੱਚ ਉਸ ਕਮਿਊਨਿਟੀ ਦੇ ਵਿੱਚ ਬੱਚੇ ਨੇ ਪੜ੍ਹਾਈ ਕੀਤੀ ਹੋਵੇ ਜਾਂ ਵਰਕ ਐਕਸਪੀਰੀਅੰਸ ਹੋਵੇ ਔਰ ਉੱਥੇ ਰਹਿਣ ਨੂੰ ਤਿਆਰ ਹੋਵੇ ਅਤੇ ਉਹ ਜਿਹੜਾ ਹੈ ਈਜ਼ੀ PR ਉੱਥੇ ਹੋਏਗੀ ਬੱਚਿਆਂ ਦੀ ਔਰ ਬੜਾ ਅੱਛਾ ਸ਼ੂ ਕਾਲਜ ਜਿਹੜਾ ਹੈਗਾ ਸ਼ੂ ਸੇਂਟ ਮੈਰੀ ਜਿਸ ਤਰ੍ਹਾਂ ਲਵਜੀਤ ਜੀ ਨੇ ਦੱਸਿਆ ਬੜੇ ਸਾਲਾਂ ਤੋਂ ਇੱਕ ਅੱਛਾ ਡਿਮਾਂਡਡ ਜਿਹੜਾ ਹੈਗਾ ਕਾਲਜ ਰਿਹਾ ਹੈਗਾ ਜਿਸ ਦੇ ਵਿੱਚ SPP ਦੇ ਵਿੱਚ ਵੀ ਇਸ ਦੀ ਬੜੀ SPP ਜਦੋਂ 47 ਇੰਸਟੀਟਿਊਸ਼ਨਸ ਹੁੰਦੇ ਸੀ ਆਊਟ ਆਫ ਹੰਡਰਡਸ ਆਫ ਇੰਸਟੀਟਿਊਸ਼ਨ ਜਿਹੜੇ ਕੈਨੇਡੀਅਨ ਇੰਸਟੀਟਿਊਸ਼ਨ ਦੇ ਵਿੱਚੋਂ ਸ਼ੂ ਕਾਲਜ ਜਿਹੜਾ ਬੜੇ ਸ਼ੁਰੂ ਤੋਂ ਹੀ SPP ਦੇ ਵਿੱਚ ਕਈ ਸਾਲ ਜਿਹੜਾ ਮਈ 2009 ਤੋਂ SPP ਸ਼ੁਰੂ ਹੋਇਆ 18 ਦੇ ਵਿੱਚ ਜਿਹੜਾ ਹੈ SDS ਚੇਂਜ ਹੋ ਗਿਆ ਸੀਗਾ ਜਿਸ ਦੇ ਵਿੱਚ ਹੋਰ ਵੀ ਬੜੇ ਸਾਰੇ ਕਾਲਜਿਸ ਇੰਕਲੂਡ ਹੋ ਗਏ ਲੇਕਿਨ 2009 ਤੋਂ 18 ਤੱਕ ਜਿਹੜਾ ਹੈ
2009 ਤੋਂ 2018 ਤੱਕ 47 ਇੰਸਟੀਟਿਊਸ਼ਨਸ ਜਿਹੜੇ ਨੇ ਉਹ ਐਸ ਪੀ ਪੀ ਦੀ ਲਿਸਟ ਦੇ ਵਿੱਚ ਆ ਕੇ ਉਹ ਸਪੈਸ਼ਲ ਪ੍ਰੈਫਰਡ ਕੋਲਜਿਸ ਇੰਸਟੀਟਿਊਸ਼ਨ ਸੀਗੇ ਜਿਨ੍ਹਾਂ ਵਿੱਚ ਬੜੇ ਥੋੜ੍ਹੇ ਜਿਹੇ ਕਾਗਜ਼ਾਂ ਨਾਲ ਸਾਰਿਆਂ ਨੂੰ ਪਤਾ ਬਹੁਤ ਜ਼ਿਆਦਾ ਹਾਈ ਸਕਸੈਸ ਰੇਟ ਰਿਹਾ ਐਂਡ ਸ਼ੂ ਕੋਲਜ ਵਾਜ ਵਨ ਆਫ ਦੈਮ ਪ੍ਰੈਫਰਡ ਦੈਟ ਮੀਨਸ ਕਿ ਗੌਰਮੈਂਟ ਜਿਹੜਾ ਪਬਲਿਕ ਕੋਲਜ ਸੀਗਾ ਬਹੁਤ ਅੱਛਾ ਕੋਲਜ ਬੜੇ ਅੱਛੇ ਪ੍ਰੋਗਰਾਮਸ ਔਰ ਖਾਸ ਤੌਰ 'ਤੇ ਮੇਰਾ ਜਿਹੜਾ ਹੈ ਹਾਲਾਂਕਿ ਹੋਰ ਬੜੇ ਸਾਰੇ ਪ੍ਰੋਗਰਾਮ ਨੇ ਉਹਦੇ ਬਾਰੇ ਲਵਜੀਤ ਜੀ ਦੱਸਣਗੇ ਕਾਫੀ ਡਿਸਕਸ਼ਨ ਹੋਏਗੀ ਲੇਕਿਨ ਮੇਰਾ ਖਾਸ ਪ੍ਰੈਫਰਡ ਪ੍ਰੋਗਰਾਮ ਰਿਹਾ ਹੈਗਾ ਸੀਗਾ ਜਿਹੜਾ ਓ ਟੀ ਪੀ ਟੀ ਓਕੂਪੇਸ਼ਨ ਥੈਰੇਪਿਸਟ ਐਂਡ ਫਿਜੀਓਥੈਰੇਪਿਸਟ ਅਸਿਸਟੈਂਟ ਦਾ ਇਹਨਾਂ ਦਾ ਪ੍ਰੋਗਰਾਮ ਜਿਹੜਾ ਸ਼ੂ ਕੋਲਜ ਦੇ ਵਿੱਚ ਸੀਗਾ ਉਹ ਮੇਰਾ ਬੜਾ ਜਿਹੜਾ ਪ੍ਰੈਫਰਡ ਪ੍ਰੋਗਰਾਮ ਸੀਗਾ ਕਿਉਂਕਿ ਪਲੱਸ ਟੂ ਮੈਡੀਕਲ ਦੇ ਵਿੱਚ ਜਿਹੜੇ ਅੱਛੇ ਪ੍ਰੋਗਰਾਮ ਵਿੱਚ ਜਾਣ ਵਾਸਤੇ ਨਰਸਿੰਗ ਦਾ ਪ੍ਰੋਗਰਾਮ ਹੈ ਜਾਂ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਹੈਗਾ ਉਸ ਦੇ ਵਿੱਚ ਫਾਰਮੇਸੀ ਟੈਕਨੀਸ਼ੀਅਨ ਦਾ ਸੋਰੀ ਜਿਹੜਾ ਪ੍ਰੋਗਰਾਮ ਹੈਗਾ ਉਸ ਦੇ ਵਿੱਚ ਮੈਥਮੈਟਿਕਸ ਦੀ ਰਿਕੁਆਇਰਮੈਂਟ ਜਿਹੜੀ ਹੁੰਦੀ ਹੈਗੀ ਆ ਹੋਰ ਬੜੇ ਸਾਰੇ ਪ੍ਰੋਗਰਾਮ ਨੇ ਅਗਰ ਅੱਛੇ ਨੇ ਤਾਂ ਉਹਦੇ ਵਿੱਚ ਕੈਮੀਕਲ ਲੈਬ ਟੈਕਨੀਸ਼ੀਅਨ ਦਾ ਪ੍ਰੋਗਰਾਮ ਹੈਗਾ ਅਤੇ ਉਹਦੇ ਵਿੱਚ ਮੈਥਮੈਟਿਕਸ ਦੀ ਜਿਹੜੀ ਹੈ ਰਿਕੁਆਇਰਮੈਂਟ ਰਹਿੰਦੀ ਹੈਗੀ ਆ ਔਰ ਜ਼ਿਆਦਾਤਰ ਸਾਡੇ ਪਲੱਸ ਟੂ ਮੈਡੀਕਲ ਦੇ ਬੱਚਿਆਂ ਨੇ ਨਹੀਂ ਕੀਤੀ ਹੁੰਦੀ ਮੈਥਮੈਟਿਕਸ ਉਸ ਵਾਸਤੇ ਜਿਹੜੀ ਹੈ ਚੰਗੇ ਕੋਰਸਿਸ ਵਿੱਚ ਜਾਣ 'ਚ ਤਕਲੀਫ ਆਉਂਦੀ ਹੈ ਅਤੇ ਓ ਟੀ ਪੀ ਟੀ ਜਿਹੜਾ ਮੈਂ ਗੱਲ ਕੀਤੀ ਉਹ ਸ਼ੂ ਕੋਲਜ ਦੇ ਵਿੱਚ ਕੁਛ ਕੋਲਜਿਸ ਦੇ ਵਿੱਚ ਇਸ ਪ੍ਰੋਗਰਾਮ ਵਾਸਤੇ ਮੈਥ ਚਾਹੀਦਾ ਹੈਗਾ ਲੇਕਿਨ ਸ਼ੂ ਕੋਲਜ ਦਾ ਮੈਂ ਬੜਾ ਥੈਂਕਫੁਲ ਹੈਗਾ ਕਿ ਉਸ ਪ੍ਰੋਗਰਾਮ ਦੇ ਵਿੱਚ ਮੈਥਮੈਟਿਕਸ ਦੀ ਰਿਕੁਆਇਰਮੈਂਟ ਨਾ ਹੋਣ ਕਰਕੇ ਆਲਰੇਡੀ ਬੜੇ ਸਾਲਾਂ ਤੋਂ ਬੜੇ ਸਾਰੇ ਬੱਚੇ ਇਸ ਪ੍ਰੋਗਰਾਮ ਵਿੱਚ ਵੀ ਹੋਰ ਵੀ ਬੜੇ ਸਾਰੇ ਪ੍ਰੋਗਰਾਮ ਵਿੱਚ ਭੇਜੇ ਬੜੇ ਅੱਛੇ ਜਿਹੜੇ ਪ੍ਰੋਗਰਾਮਸ ਹੈਗੇ ਨੇ ਹੋਰ ਵੀ ਜਿਹੜੇ ਔਰ ਓ ਟੀ ਪੀ ਟੀ ਦਾ ਪ੍ਰੈਫਰਡ ਪ੍ਰੋਗਰਾਮ ਹੁਣ ਵੀ ਜਿਹੜਾ ਸਤੰਬਰ 20 ਦੇ ਵਿੱਚ ਸਤੰਬਰ 19 ਲੰਘ ਗਿਆ ਸਤੰਬਰ 20 ਦੇ ਵਿੱਚ ਅਵੇਲੇਬਲ ਹੋਏਗਾ ਔਰ ਮਈ ਦੀ ਬੜੀ ਸਾਰੀ ਪ੍ਰੋਗਰਾਮਸ ਦੀ ਜਿਹੜੀ ਆ ਚਾਰ ਪ੍ਰੋਗਰਾਮਸ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਨੇ ਫਿਲਹਾਲ ਜਿਹੜਾ ਹੋਰ ਵੀ ਨਵੇਂ ਨਵੇਂ ਪ੍ਰੋਗਰਾਮ ਸ਼ੂ ਕੋਲਜ ਜਿੱਦਾਂ ਜਿੱਦਾਂ ਅੱਗੇ ਵੱਧਦਾ ਪਿਆ ਬੜੇ ਸਾਰੇ ਨਵੇਂ ਪ੍ਰੋਗਰਾਮਸ ਲੈ ਕੇ ਆ ਰਿਹਾ ਸ਼ੂ ਕੋਲਜ ਫਿਲਹਾਲ ਚਾਰ ਪ੍ਰੋਗਰਾਮਸ ਪੋਸਟ ਗ੍ਰੈਜੂਏਟ ਮਈ ਵਾਸਤੇ ਅਵੇਲੇਬਲ ਹੋ ਚੁੱਕੇ ਨੇ ਆਲਰੇਡੀ ਔਰ ਸਪਤੰਬਰ 20 ਵਾਸਤੇ ਵੀ ਬੜੇ ਸਾਰੇ ਪ੍ਰੋਗਰਾਮਸ ਜਿਹੜੇ ਨੇ ਹੈਗੇ ਨੇ ਔਰ ਓਪਨ ਹੋ ਚੁੱਕੇ ਨੇ ਜਨਵਰੀ ਜਿਹੜਾ ਸਤੰਬਰ ਜਿਹੜਾ 20 ਵਾਸਤੇ ਵੀ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤਰ੍ਹਾਂ ਮੈਂ ਦੱਸਿਆ ਓ ਟੀ ਪੀ ਟੀ ਪ੍ਰੋਗਰਾਮ ਬਹੁਤ ਪ੍ਰੈਫਰਡ ਪ੍ਰੋਗਰਾਮ ਬੜੀ ਛੇਤੀ ਸੀਟਾਂ ਇਹਨਾਂ ਦੀਆਂ ਫਿਲ ਹੋ ਜਾਂਦੀਆਂ ਨੇ ਅਤੇ ਹੋਰ ਪ੍ਰੋਗਰਾਮਸ ਬਾਰੇ ਜਿਹੜਾ ਲਵਜੀਤ ਜੀ ਨੌਲੇਜ ਦੇਣਗੇ ਸਰ ਤੁਹਾਡੇ ਵੱਲ ਆਊਂਗੀ ਮੈਂ ਕਿ ਜਿਵੇਂ ਆਪਾਂ ਗੱਲ ਕਰ ਰਹੇ ਪੀ ਜੀ ਪ੍ਰੋਗਰਾਮਸ ਦੀ ਵੀ ਜਾਂ ਕੋਰਸਿਸ ਦੀ ਸ਼ੂ ਕੋਲਜ ਕੈਨੇਡਾ ਦੇ ਵਿੱਚ ਕੀ ਫੈਸਿਲਿਟੀਜ਼ ਪ੍ਰੋਵਾਈਡ ਹੋ ਸਕਦੀਆਂ ਬੱਚਿਆਂ ਲਈ ਸਭ ਤੋਂ ਪਹਿਲਾਂ ਗੌਰਮੈਂਟ ਆਫ ਕੈਨੇਡਾ ਵੱਲੋਂ ਇੱਕ ਸਪੈਸੀਫਿਕ ਉਹਨਾਂ ਦੀ ਬੋਡੀ ਆ ਕੇ ਪੀ ਆਈ ਕੀ ਪਰਫੋਰਮੈਂਸ ਇੰਡੀਕੇਟਰ ਉਹਨਾਂ ਵਿੱਚ ਵੀ ਆਰ ਦ ਵਨ ਆਫ ਦ ਟੋਪ ਇੰਸਟੀਟਿਊਸ਼ਨ ਹੂ ਆਰ ਮੇਨਟੇਨਿੰਗ ਸਟੂਡੈਂਟ ਸੈਟਿਸਫੈਕਸ਼ਨ ਵੀ ਆਰ ਹਾਈਐਸਟ ਇਨ ਟੂ ਦੀ ਸਟੂਡੈਂਟ ਸੈਟਿਸਫੈਕਸ਼ਨ ਵਿਚ ਇਜ 83% ਐਂਡ ਇੰਪਲੋਇਰ ਸੈਟਿਸਫੈਕਸ਼ਨ ਵੀ ਆਰ 93% ਪਲੱਸ ਇੰਪਲੋਇਰ ਸੈਟਿਸਫੈਕਸ਼ਨ ਵਿਚ ਮੀਨਸ ਵੀ ਆਰ ਦ ਟੋਪ ਇਨ ਐਜ ਅਬਵ ਦੀ ਅਦਰ ਇੰਸਟੀਟਿਊਸ਼ਨਸ ਪੈਰਲ ਜੇ ਅਸੀਂ ਗੱਲ ਕਰੀਏ ਸਰ ਨੇ ਆਲਰੇਡੀ ਐਕਸਪਲੇਨ ਕਰ ਦਿੱਤਾ ਕਿ ਲਾਈਕ ਵੀ ਆਰ ਕਮਿੰਗ ਵਿਦ ਮਾਈਨਟੇਕ ਇਜ਼ ਆਲਰੇਡੀ ਓਪਨ ਐਂਡ ਵੀ ਆਰ ਹੈਵਿੰਗ 4 ਮੇਜਰ ਪੀ ਜੀ ਪ੍ਰੋਗਰਾਮਸ ਜਿਹਨਾਂ ਵਿੱਚ ਪ੍ਰੋਜੈਕਟ ਮੈਨੇਜਮੈਂਟ ਇਜ਼ ਫੋਰ ਦੀ ਟੈਕਨੀਕਲ ਬੈਕਗਰਾਊਂਡ ਇੰਜੀਨੀਅਰਿੰਗ ਸਟੂਡੈਂਟਸ ਦੇ ਲਈ ਆਰਟਸ ਸਟੂਡੈਂਟਸ ਲਈ ਜਾਂ ਬਾਕੀ ਦੇ ਸਟੂਡੈਂਟ ਲਈ ਦੇਰ ਇਜ਼ ਇਸ ਪ੍ਰੋਗਰਾਮ ਵਿਚ ਇਜ਼ ਗਲੋਬਲ ਬਿਜ਼ਨਸ ਮੈਨੇਜਮੈਂਟ ਦੈਟ ਇਜ਼ ਫੋਰ ਦੀ ਬਿਜ਼ਨਸ ਬੈਕਗਰਾਊਂਡ ਦੈਨ ਵੀ ਹੈਵ ਸਪਲਾਈ ਚੇਨ ਮੈਨੇਜਮੈਂਟ ਦੈਟਸ ਅਗੇਨ ਪੀ ਜੀ ਪ੍ਰੋਗਰਾਮ ਐਂਡ ਦੈਨ ਮੈਡੀਕਲ ਜਿਹੜੇ ਐਮ ਬੀ ਬੀ ਐਸ ਜਾਂ ਨਰਸਿੰਗ ਸਟੂਡੈਂਟਸ ਦੇ ਲਈ ਸਭ ਤੋਂ ਜ਼ਿਆਦਾ ਡਿਮਾਂਡੇਬਲ ਸਟੂਡੈਂਟ ਲਈ ਜਿਹੜਾ ਪ੍ਰੋਗਰਾਮ ਹੈ ਦੈਟ ਇਜ਼ ਜੈਰੈਂਟੋਲੋਜੀ ਬਿਕੋਜ਼ ਕੈਨੇਡਾ 'ਚ ਜਿਹੜਾ ਏਜ ਡਿਫਰੈਂਸ ਆ ਬਹੁਤ ਜ਼ਿਆਦਾ ਵੱਧ ਰਿਹਾ ਬਿਕੋਜ਼ ਜਿਹੜੇ ਉਹਨਾਂ ਦੇ ਏਜ ਫੈਕਟਰ ਕਰਕੇ ਜਿਹੜੇ ਜਿਨ੍ਹਾਂ ਦੀ 65 ਬੇਬੀ ਬੂਮਰ ਕਿਹਾ ਜਾਂਦਾ ਜਿਹਨੇ 65% ਪਲੱਸ ਉਹਨਾਂ ਦੀ ਜਿਹੜੀ ਏਜ ਹੋ ਰਹੀ ਆ ਦੇ ਆਰ ਗੈਟਿੰਗ ਦੇ ਆਰ ਇਨਕਰੀਜ਼ਿੰਗ ਦੇਅਰ ਏਜਿਸ ਐਂਡ ਦੇ ਆਰ ਉਹਨਾਂ ਨੰਬਰ ਵੱਧ ਰਹੇ ਨੇ ਅਤੇ ਇਸ ਕਰਕੇ ਜੈਰੈਂਟੋਲੋਜੀ ਇਜ਼ ਅ ਸਪੈਸ਼ਲ ਮੀਨ ਇਨ ਟੂ ਦੀ ਡਿਮਾਂਡ ਬਟ ਦੀ ਬੈਸਟ ਪਾਰਟ ਇਜ਼ ਵੀ ਪ੍ਰੈਫਰ ਫੋਰ ਦੀ ਕੁਆਲਿਟੀ ਆਫ ਦੀ ਐਪਲੀਕੇਸ਼ਨ ਵੀ ਪ੍ਰੈਫਰ ਫੋਰ ਦੀ ਅਕੈਡਮਿਕ ਗੁੱਡ ਬੈਕਗਰਾਊਂਡ ਬਟ ਯੈਸ ਵੀ ਡੂ ਅਸੈਪਟ 6 band ਓਵਰਆਲ ਇੱਕ ਮੋਡਿਊਲ 5.5 ਅਸੈਪਟੇਬਲ ਹੈ ਬਟ ਵੀ ਆਲਵੇਜ਼ ਪ੍ਰੈਫਰ ਕਿ ਜੇ ਤੁਸੀਂ ਅੰਡਰ ਐਸ ਡੀ ਐਸ ਅਪਲਾਈ ਕਰੋਗੇ ਅਨਡਾਊਟਲੀ ਤੁਹਾਡੇ ਵੀਜ਼ਾ ਸਕਸੈਸ ਰੇਟ ਦੇ ਨਾਲ ਨਾਲ ਕੱਲ੍ਹ ਨੂੰ ਤੁਸੀਂ ਜਦੋਂ ਕਾਲਜ ਵਿੱਚ ਪਹੁੰਚ ਕੇ ਆਪਣੀ ਸਟੱਡੀ ਕਰਦੇ ਹੋ ਤੁਹਾਨੂੰ ਫਿਰ ਉਹ ਲੈਵਲ ਮੈਚ ਕਰਨ 'ਚ ਉੱਨੀ ਜ਼ਿਆਦਾ ਦਿੱਕਤ ਨਹੀਂ ਅਸੀਂ ਹੋਏਗੀ ਸੂ ਕਾਲਜ ਕੈਨੇਡਾ ਦੀ ਜੇ ਆਪਾਂ ਗੱਲ ਕਰਦੇ ਹਾਂ ਸਪੈਸੀਫਿਕਲੀ ਕਿ ਇੱਕ ਮੋਡਿਊਲ ਦੇ ਵਿੱਚ 5.5 band ਹੈ ਕੀ ਸਕਸੈਸ ਰੇਟ ਚੱਲ ਰਿਹਾ ਸਰ ਇੱਕ ਬੈਂਡ 5.5 ਨਾਲ ਇਫ ਆਈ ਟਾਕ ਅਬਾਊਟ ਇਟ ਇਜ਼ ਆਲ ਡਿਪੈਂਡਸ ਅਪੋਨ ਦੀ ਰਿਕੁਆਇਰਮੈਂਟ ਆਫ ਦੀ ਗਵਰਮੈਂਟ ਆਫ ਕੈਨੇਡਾ ਐਜ ਅ ਬੀਂਗ ਐਜ ਅ ਪਬਲਿਕ ਇੰਸਟੀਟਿਊਸ਼ਨ ਡੈਫੀਨੇਟਲੀ ਵੀ ਡੂ ਸੈਪ ਬਟ ਵੀ ਆਰ ਗੈਟਿੰਗ ਮੋਰ ਐਪਲੀਕੇਸ਼ਨ ਵਿਦ 6 each ਔਰ ਜ਼ਿਆਦਾ ਅੱਛੇ ਬੈਂਡ ਤਿੰਨ ਦਾ ਹੁਣੇ ਅਸੀਂ ਡਿਸਕਸ ਕਰ ਰਹੇ ਸੀ ਦ ਸਟੂਡੈਂਟ ਇਜ਼ ਹੈਵਿੰਗ 7 band ਬਟ ਇਟ ਡਜ਼ਨਟ ਮੀਨ ਮਿਨੀਮਮ ਰਿਕੁਆਇਰਮੈਂਟ ਕ੍ਰਾਈਟੀਰੀਆ ਵੀ ਹੈਵ ਡਿਸਾਈਡਡ ਬਟ ਪ੍ਰੈਫਰੈਂਸ ਅਕਸਰ ਉਸੇ ਸਟੂਡੈਂਟ ਨੂੰ ਮਿਲੇਗੀ ਜਿਹਦਾ ਪ੍ਰੋਫਾਈਲ ਜ਼ਿਆਦਾ ਅੱਛਾ ਰਹੇਗਾ ਸਟਰੋਂਗ ਵੀ ਡੂ ਹੈਵ ਵੈਰੀ ਗੁੱਡ ਵੀਜ਼ਾ ਸਕਸੈਸ ਦੇਰ ਇਜ਼ ਨੋ ਸੱਚ ਕਾਇੰਡ ਆਫ ਡਿਫਰੈਂਸ ਜੇ ਕਿਸੇ ਇੱਕ ਬੱਚੇ ਦੇ 5.5 ਇੱਕ ਮੋਡਿਊਲ 'ਚ ਹੈਗੇ ਬਟ ਵੀ ਆਲਵੇਜ਼ ਪ੍ਰੈਫਰ ਟੂ ਹੈਵ ਬੈਟਰ ਕੁਆਲਿਟੀ ਇਨ ਦੀ ਟਰਮਸ ਆਫ ਅਕੈਡਮਿਕ ਐਂਡ ਆਲ ਸਕੋਰ ਜੀ ਅਤੇ ਇੱਥੇ ਇੱਕ ਐਡਵਾਈਸ ਵੀ ਬਣਦੀ ਹੈ ਸਰ ਕਿ ਕੁਝ ਸਟੂਡੈਂਟਸ ਦੇ 2 modules ਦੇ ਵਿੱਚ 5.5 ਹੁੰਦੇ ਕਿ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਜਾਂ ਮਤਲਬ ਥੋੜ੍ਹਾ ਜਿਹਾ ਰੁਕ ਕੇ ਵੇਟ ਕਰਕੇ ਇੰਪਰੂਵ ਕਰਕੇ ਕਰਨਾ ਚਾਹੀਦਾ ਅਨਡਾਊਟਡਲੀ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਕਿ ਲਾਈਕ ਸਟੂਡੈਂਟ ਨੂੰ ਡੈਫੀਨੇਟਲੀ ਇੰਪਰੂਵ ਕਰੂੰਗਾ ਦੇਖੋ ਜਿੰਨਾ
ਅਪਲਾਈ ਕਰਨਾ ਇਜ਼ ਅ ਸੈਪਰੇਟ ਪਾਰਟ, ਵੀਜ਼ਾ ਲੈਣਾ ਇੱਕ ਸੈਪਰੇਟ ਪਾਰਟ. ਫੋਰ ਵੀਜ਼ਾ ਇਜ਼ ਦ ਰਾਈਟ ਪਰਸਨ ਹੂ ਇਜ਼ ਅ ਇਮੀਗ੍ਰੇਸ਼ਨ ਅਡਵਾਈਜ਼ਰ ਫੋਰ ਮੀ. ਇਫ ਸਟੂਡੈਂਟ ਵਾਂਟਸ ਟੂ ਅਪਲਾਈ, ਦੇ ਕੈਨ ਅਪਲਾਈ, ਕਿਉਂਕਿ ਔਨਲਾਈਨ ਐਪਲੀਕੇਸ਼ਨ ਪੋਰਟਲ 'ਤੇ ਐਪਲੀਕੇਸ਼ਨ ਜਾਣੀ ਹੈ. ਐਂਡ ਇਟ ਵਿਲ ਬੀ ਵਿਦ ਵੈਰੀ ਲਿਮਿਟਿਡ ਪੀਪਲ ਇਨ ਇੰਡੀਆ. ਜੇ ਅਸੀਂ ਗੱਲ ਕਰੀਏ, ਜਸਟ ਕਪਲ ਆਫ ਪੀਪਲ ਹੂ ਕੈਨ ਰਿਪ੍ਰਜੈਂਟ ਡਾਇਰੈਕਟਲੀ ਸੂ ਕਾਲਜ, ਐਂਡ ਮਿਸਟਰ ਡਾਕਟਰ ਗਰਗ ਇਜ਼ ਵਨ ਆਫ ਦੈਮ, ਐਂਡ ਦੈਟ ਇਜ਼ ਅ ਰੀਜ਼ਨ ਵੀ ਆਰ ਹੇਅਰ ਟੂ ਹੈਲਪ ਯੂ ਆਊਟ. ਜੀ ਸਰ, ਅਤੇ ਯੂ ਐਸ ਬੀ ਪੁਆਇੰਟਸ ਬਾਰੇ ਵੀ ਆਪਾਂ ਕੁਛ ਗੱਲ ਕਰ ਰਹੇ ਸੀਗੇ, ਬੇਸਿਕਲੀ ਹੁੰਦੇ ਕੀ ਹੈ, ਸਟੂਡੈਂਟਸ ਕਿਵੇਂ ਅਵੇਅਰ ਹੋ ਸਕਦਾ ਇਹਦੇ ਬਾਰੇ ਜਾਣਕਾਰੀ ਜੇ ਤੁਸੀਂ ਡਿਟੇਲ ਦੇ? ਪ੍ਰੋਬਲਮ ਕੀ ਹੈ ਕਿ ਅੱਜ ਦੇ ਟਾਈਮ 'ਚ ਹਰ ਇੱਕ ਸਟੂਡੈਂਟ ਇੱਕ ਰੈਫਰੈਂਸ ਦੇਖ ਰਿਹਾ. ਅੱਜ ਸੂ ਕਾਲਜ 1965, ਮੋਰ ਦੈਨ 50 ਈਅਰਸ ਤੋਂ ਅਸੀਂ ਇੰਟਰਨੈਸ਼ਨਲ ਸਟੂਡੈਂਟ ਲਈ ਸਰਵਿਸਿਜ਼ ਪ੍ਰੋਵਾਈਡ ਕਰਾ ਰਹੇ ਹਾਂ. ਆਹ ਸਟੂਡੈਂਟ ਇੱਕ ਰੈਫਰੈਂਸ ਲੈ ਕੇ ਆ ਰਿਹਾ ਜਿਹੜਾ ਕਿ ਸੂ ਸੇਂਟ ਮੇਰੀ ਜਾਣਾ ਚਾਹੁੰਦਾ, ਕਿਉਂਕਿ ਨਾ ਸਿਰਫ ਉੱਥੇ ਪੜ੍ਹਾਈ ਕਰ ਰਹੇ ਨੇ, ਪੜ੍ਹਾਈ ਦੇ ਨਾਲ ਸਟੱਡੀ ਦੌਰਾਨ ਦੇ ਆਰ ਸੋ ਮੈਨੀ ਕੋਪ ਪ੍ਰੋਗਰਾਮ, ਵੀ ਆਰ ਆਫਰਿੰਗ ਮੋਰ ਦੈਨ 16 ਕੋਪ ਪ੍ਰੋਗਰਾਮ. ਇਟ ਮੀਨਸ ਉਹਨਾਂ ਨੂੰ ਔਨ ਗਰਾਊਂਡ ਇੰਡਸਟਰੀ ਦੇ ਰਿਲੇਟਡ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਸਟੱਡੀ ਦੇ ਦੌਰਾਨ ਮਿਲ ਜਾਏਗਾ. ਪੈਰਲ ਗੱਲ ਕਰੀਏ, ਪੀ ਜੀ ਪ੍ਰੋਗਰਾਮ ਅਵੇਲੇਬਲ ਹੈ, ਜਿੱਦਾਂ ਕਿ ਗਲੋਬਲ ਬਿਜ਼ਨਸ ਮੈਨੇਜਮੈਂਟ ਇਜ਼ ਅ 2 ਈਅਰਸ ਪੋਸਟ ਗ੍ਰੈਜੂਏਟ ਪ੍ਰੋਗਰਾਮ. ਵੈਰੀ ਫਿਊ ਪ੍ਰੋਗਰਾਮ, ਵੈਰੀ ਫਿਊ ਇੰਸਟੀਟਿਊਸ਼ਨਸ ਆਰ ਆਫਰਿੰਗ ਦਿਸ ਪ੍ਰੋਗਰਾਮ ਇਨ ਮਾਈ ਇਨਟੇਕ. ਪੈਰਲਲੀ ਅਸੀਂ ਗੱਲ ਕਰੀਏ ਜੈਰੰਟੋਲੋਜੀ ਵਰਗਾ ਜਿਹੜਾ ਕਿ ਸਭ ਤੋਂ ਯੂਨੀਕ ਪ੍ਰੋਗਰਾਮ ਮੈਡੀਕਲ ਇੰਡਸਟਰੀ ਦੇ ਵਿੱਚ ਹੈਗਾ ਆ, ਉਹ ਪ੍ਰੋਗਰਾਮ ਅਵੇਲੇਬਲ ਆ. ਇਹ ਤੋਂ ਇਲਾਵਾ ਸਪਤੰਬਰ ਦੇ ਸਾਰੇ ਪ੍ਰੋਗਰਾਮ ਓਪਨ ਹੋਣ ਜਾ ਰਹੇ ਨੇ. ਐਂਡ ਸਪਤੰਬਰ ਇਜ਼ ਅਗੇਨ, ਹੁਣ ਅੱਗੇ ਹੁੰਦਾ ਸੀ ਜਿੱਦਾਂ ਸਰ ਅਸੀਂ ਡਿਸਕਸ ਕਰ ਰਹੇ ਸੀ, ਪਹਿਲਾਂ ਹੁੰਦਾ ਸੀ ਬੱਚਾ ਕਹਿੰਦਾ ਸੀ 1 ਜਾਂ 2 ਮਹੀਨੇ ਪਹਿਲਾਂ ਅਪਲਾਈ ਕਰਦੇ ਹਾਂ, ਬਟ ਹੁਣ 1 ਸਾਲ ਐਡਵਾਂਸ ਹੋ ਕੇ ਚੱਲਣਾ ਪੈ ਰਿਹਾ ਬਿਕੋਜ਼ ਦੀ ਸੀਟ ਆਪਸ਼ਨਸ ਆਰ ਵੈਰੀ ਲਿਮਿਟਿਡ, ਕਿਉਂਕਿ ਕੋਈ ਵੀ ਕਾਲਜ ਯੂਨੀਵਰਸਿਟੀ ਐਕਸੈਸਿਵਲੀ ਸੀਟਾਂ ਨਹੀਂ ਲੈ ਸਕਦੇ. ਜੇ ਉਹਨਾਂ ਕੋਲ ਦੀ ਕਿਸੇ ਕੋਰਸ ਦੇ ਵਿੱਚ 5 ਇੰਟਰਨੈਸ਼ਨਲ ਸਟੂਡੈਂਟ ਲਈ ਸੀਟ ਆ, ਤਾਂ 5 ਹੀ ਰਹਿਣਗੇ, ਉਹ 6th ਨੂੰ ਅਕੋਮੋਡੇਟ ਨਹੀਂ ਕਰ ਸਕਦੇ. ਐਂਡ ਬੀਂਗ ਇਜ਼ ਅ ਗਵਰਮੈਂਟ ਕਾਲਜ ਇਨ ਸੱਚ ਕਾਇੰਡ ਆਫ ਰੀਜਨਲ ਏਰੀਆਸ ਜਿੱਥੇ ਕਿ ਡਿਮਾਂਡ ਬਹੁਤ ਜ਼ਿਆਦਾ ਆ, ਇਟ ਵਿਲ ਗੈਟ ਕਲੋਜ਼ ਲਾਈਕ ਐਨੀਥਿੰਗ. ਸੋ ਦੈਟ ਇਜ਼ ਅ ਰੀਜ਼ਨ, ਜੇ ਅਸੀਂ ਹੁਣੇ ਤੋਂ ਪ੍ਰਪੇਅਰ ਕਰਾਂਗੇ, ਜੇ ਤੁਹਾਡੇ ਕੋਲ ਆਪਣਾ ਅਕੈਡਮਿਕ ਰਿਜ਼ਲਟ ਹੈ, ਆਲਸ ਰਿਜ਼ਲਟ ਹੈ, ਐਂਡ ਯੂ ਵਾਂਟ ਟੂ ਗੋ ਫੋਰ ਸੱਚ ਏਰੀਆ ਜਿੱਥੇ ਕਿ ਤੁਹਾਨੂੰ ਸਟੱਡੀ ਅੱਛੀ ਮਿਲੇਗੀ, ਇਜ਼ ਅ ਗਵਰਮੈਂਟ ਕਾਲਜ, ਇਜ਼ ਅ ਕੋਰ ਕੈਨੇਡੀਅਨ ਐਕਸਪੀਰੀਅੰਸ, ਇਟਸ ਅ ਮੀਡੀਅਮ ਕਾਇੰਡ ਆਫ ਸਿਟੀ, ਇਜ਼ ਨੋਟ ਲਾਈਕ ਦੈਟ ਮਚ ਬਿਗ ਸਿਟੀ, ਇਟਸ ਨੋਟ ਦੈਟ ਮਚ ਸਮਾਲ ਟਾਊਨ, ਇਟਸ ਅ ਬਿਗ ਮੀਡੀਅਮ ਕਾਇੰਡ ਆਫ ਸਿਟੀ ਜਿੱਥੇ ਕਿ ਤੁਸੀਂ ਪੜ੍ਹ ਕੇ ਇੱਕ ਅੱਛਾ ਕਰੀਅਰ ਬਣਾਉਣਾ ਚਾਹੁੰਦੇ ਹੋ, ਦਿਸ ਇਜ਼ ਅ ਰਾਈਟ ਪਲੇਸ ਫੋਰ ਯੂ. ਬਿਲਕੁਲ, ਮੈਂ ਨੋਟਿਸ ਕੀਤਾ ਕਈ ਬੱਚੇ ਆਉਂਦੇ ਨੇ ਕਿ ਬ੍ਰੈਮਟਨ, ਮਿਸੀਸਾਗਾ, ਟੋਰੋਂਟੋ ਜਾਂ ਵੈਂਕੂਵਰ ਸਰੀ, ਇਹੋ ਜਿਹੇ ਵੱਡੇ ਜਿਹੜੇ ਸਿਟੀਜ਼ ਨੇ. ਦੇਖੋ ਟੋਰੋਂਟੋ ਏਰੀਆ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ 30 ਜਿਹੜੀ ਹੈ 3 ਮਿਲੀਅਨ ਦੇ ਕਰੀਬ ਜਿਹੜੀ ਹੈਗੀ ਹੈ ਪਾਪੂਲੇਸ਼ਨ ਹੈਗੀ ਹੈ ਮੇਨ ਸਿਟੀਜ਼ ਦੀ ਮਿਲਾ ਕੇ. ਸੋ ਬੜਾ ਬਹੁਤ ਵੱਡਾ ਜਿਹੜਾ ਹੈਗਾ. ਜਦੋਂ ਕਿ ਸੂ ਸੇਂਟ ਮੈਰੀ ਦੀ ਗੱਲ ਕਰੀਏ ਤਾਂ ਅਬਾਊਟ 100,000 ਦੇ ਕਰੀਬ ਦੀ ਉਹਨਾਂ ਦੀ ਪਾਪੂਲੇਸ਼ਨ ਹੈਗੀ ਹੈ. ਸੋ ਉਹ ਮੇਕਸ ਅ ਬਿਗ ਡਿਫਰੈਂਸ. ਕਈ ਬੱਚੇ ਚਾਹੁੰਦੇ ਨੇ ਕਿ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਜਿੱਥੇ ਧੜਕ ਭੜਕ ਜ਼ਿਆਦਾ ਹੈਗੀ ਹੈ, ਦਿਲ ਜ਼ਿਆਦਾ ਲੱਗਦਾ, ਸਿਨੇਮਾ ਹਾਲ ਜ਼ਿਆਦਾ ਨੇ, ਜ਼ਿਆਦਾ ਪੰਜਾਬੀ ਇੰਡੀਅਨ ਪਾਪੂਲੇਸ਼ਨ ਹੈਗੀ ਹੈ, ਦਿਲ ਲੱਗਦਾ. ਲੇਕਿਨ ਕੁਛ ਹਰ ਚੀਜ਼ ਦੇ ਪਲੱਸ ਕੁਛ ਮਾਈਨਸ, ਜਿਸ ਤਰ੍ਹਾਂ ਮੈਂ ਦੱਸਿਆ ਐਡਵਾਂਟੇਜ ਹੋਮ ਸਿਕਨੈਸ, ਕਈ ਵਾਰ ਬੱਚੇ ਫੀਲ ਕਰਦੇ ਆ ਉੱਥੇ ਥੋੜ੍ਹੀ ਜਿਹੀ ਘੱਟ ਤਕਲੀਫ ਹੁੰਦੀ ਹੈ ਜਿੱਥੇ ਜ਼ਿਆਦਾ ਪੰਜਾਬੀ ਇੰਡੀਅਨ ਸਟੂਡੈਂਟਸ ਹੋਣ. ਲੇਕਿਨ ਬੜੇ ਸਾਰੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਜਿੱਥੇ ਕਿ ਜਿਹੜੇ ਕਹਿੰਦੇ ਆ ਕਿ ਛੋਟੀ ਕਮਿਊਨਿਟੀ ਦਾ ਮਤਲਬ ਛੋਟੇ ਸਮਾਲ ਸਿਟੀਜ਼ ਦੇ ਵਿੱਚ ਜਾਣਾ ਹੈਗਾ ਜਿੱਥੇ ਕਿ ਇੰਡੀਅਨ ਪੰਜਾਬੀ ਪਾਪੂਲੇਸ਼ਨ ਘੱਟ ਹੋਵੇ, ਅਤੇ ਉੱਥੇ ਉਹਨਾਂ ਦੀ ਕੈਨੇਡੀਅਨਾਈਜੇਸ਼ਨ ਜਾਂ ਕੈਨੇਡੀਅਨ ਜਿਹੜਾ ਇੰਟੀਗ੍ਰੇਸ਼ਨ ਜਿਹੜੀ ਹੈਗੀ ਆ ਉੱਥੇ ਕੈਨੇਡੀਅਨ ਸਿਸਟਮ 'ਚ, ਕੈਨੇਡੀਅਨ ਸੋਸਾਇਟੀ ਦੇ ਵਿੱਚ ਉਹ ਜਿਹੜਾ ਹੈ ਉੱਥੇ ਅਡੈਪਟੇਸ਼ਨ ਜਿਹੜੀ ਹੈਗੀ ਹੈ ਉਹ ਸੌਖੀ ਹੋ ਜਾਂਦੀ ਹੈਗੀ ਹੈ. ਅਤੇ ਅਲਟੀਮੇਟਲੀ ਤਾਂ ਬੱਚਿਆਂ ਨੇ ਓਵਰਆਲ ਜਦੋਂ ਐਜੂਕੇਸ਼ਨ ਲੈ ਕੇ ਨਿਕਲਣਾ ਹੈਗਾ, ਅਤੇ ਜਿਹੜੀ ਇੱਕ jobbank.ca ਹੈਗੀ ਹੈ ਜਿਹੜੀ ਇਹਨਾਂ ਦੀ ਵੈਬਸਾਈਟ, ਕੈਨੇਡੀਅਨ ਜੋਬ ਬੈਂਕ ਦੇ ਵਿੱਚ ਅਪਲਾਈ ਕਰਨਾ ਹੈਗਾ, ਅਤੇ ਉਹ ਕਿਤੇ ਵੀ ਜਿੱਥੇ ਅਸੀਂ ਅਪਲਾਈ ਕਹਿ ਦਿੰਦੇ, ਮੈਂ ਐਡਵਾਈਸ ਕਰਦਾ ਹੁੰਦਾ ਕਿ ਅੱਛੀ ਜਗ੍ਹਾ 'ਤੇ ਜਿੱਥੇ ਵੀ ਅੱਛੀ ਜੋਬ ਮਿਲੇ, ਇੱਕ ਕਲਰਕ ਦੀ ਜੋਬ ਹੈਗੀ, ਇੱਕ ਮੈਨੇਜਰ ਦੀ ਜੋਬ ਹੈਗੀ ਹੈ, ਮੰਨ ਲਓ ਕਿ ਮੈਨੇਜਰ ਟਾਈਪ ਦੀ ਜੋਬ ਜਿੱਥੇ ਵੀ ਮਿਲਦੀ ਹੈ, ਭਾਵੇਂ ਕੋਈ ਵੀ ਸਿਟੀ ਹੋਵੇ, ਆਪਾਂ ਨੂੰ ਚੂਜ਼ ਕਰ ਲੈਣਾ ਚਾਹੀਦਾ, ਆਪਾਂ ਨੂੰ ਆਪਣੀ ਫਿਊਚਰ ਔਰ ਕਰੀਅਰ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ, ਨਾ ਕਿ ਸਿਟੀ ਨੂੰ. ਅਤੇ ਉਸ ਚੀਜ਼ ਨੂੰ ਦੇਖਦੇ ਹੋਏ ਕੱਲ੍ਹ ਨੂੰ ਬੱਚਿਆਂ ਨੂੰ ਕਿਸੇ ਵੀ ਸਿਟੀ ਦੇ ਵਿੱਚ ਜਾ ਕੇ ਕੰਮ ਕਰਨਾ ਪੈ ਸਕਦਾ. ਕੈਨੇਡੀਅਨ ਪਾਪੂਲੇਸ਼ਨ ਹੋਈ ਉੱਥੇ, ਅਗਰ ਉੱਥੇ ਕੈਨੇਡੀਅਨ ਐਕਸੈਂਟ ਜਿਹੜਾ ਹੈਗਾ ਉਹ ਉਸਦੇ ਫੈਮਿਲੀਅਰਿਟੀ ਉਸਦੇ ਨਾਲ ਉਹਨਾਂ ਨੂੰ ਆਦਤ ਨਾ ਹੋਈ, ਔਰ ਉਸੇ ਤਰੀਕੇ ਨਾਲ ਕਈ ਕਾਲਜਿਸ ਜਿਹੜੇ ਹੈ ਗੱਲ ਕਰਦੇ ਆ ਕਿ ਸ਼ੈਰੀਟਨ ਕਾਲਜ, ਬੜੇ ਸਾਰੇ ਕਾਲਜ ਇਹ ਗੱਲ ਕਰਦੇ ਕਿ ਉੱਥੇ ਰਹਿਣ ਦੀ ਸਾਨੂੰ ਬੜੀ ਦਿੱਕਤ ਮਹਿਸੂਸ ਹੁੰਦੀ ਹੈ ਕਿ ਬੱਚੇ ਪੰਜਾਬੀ 'ਚ ਆਪਸ 'ਚ ਪੰਜਾਬੀ 'ਚ ਗੱਲਾਂ ਕਰਦੇ, ਫਿਰ ਉਹਨਾਂ ਦੀ ਇੰਗਲਿਸ਼ ਜਿਹੜੀ ਹੈ ਉਹ ਲੈਂਗੁਏਜ ਜਿਹੜੀ ਹੈ ਉਹ ਡਿਵੈਲਪਮੈਂਟ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਬੈਟਰਮੈਂਟ ਹੋ ਸਕਦੀ ਹੈਗੀ ਆ ਉਹ ਨਹੀਂ ਹੋ ਪਾਉਂਦੀ ਔਰ ਤਕਲੀਫ ਆਉਂਦੀ ਹੈਗੀ ਹੈ. ਸੋ ਉਹ ਇਹੋ ਜਿਹੀ ਥਾਂ 'ਤੇ ਜਿੱਦਾਂ ਸੂ ਸੇਂਟ ਮੈਰੀ ਦੀ ਗੱਲ ਕਰੀਏ, ਆਪਣੀ ਇੱਥੇ ਦੀਆਂ ਬੜੀ ਖਾਸ ਐਡਵਾਂਟੇਜਿਸ ਹੈਗੀਆਂ ਨੇ, ਲੇਕਿਨ ਡੈਫੀਨੇਟਲੀ ਬੱਚਿਆਂ ਦੀ ਆਪਣੀ ਆਪਣੀ ਲਾਈਕਿੰਗ. ਲੇਕਿਨ ਮੈਂ ਸੂ ਕਾਲਜ ਦਾ ਜ਼ਰੂਰ ਥੈਂਕਸ ਕਰਨਾ ਚਾਹੁੰਦਾ ਹੈਗਾ ਜਿਨ੍ਹਾਂ ਨੇ ਕਿ ਬਹੁਤ ਟਾਈਮ ਤੋਂ ਖਾਸ ਤੌਰ 'ਤੇ ਜਿਹੜੇ ਹੈ, ਆਫਕੋਰਸ SDS ਜਿਹੜੀ ਹੈ 6 ਈਚ ਦੀ ਰਿਕੁਆਇਰਮੈਂਟ 6, ਲੇਕਿਨ ਜਿੱਥੇ PG ਕੋਰਸਿਸ ਵਾਸਤੇ ਓਵਰਆਲ 6.5 ਨੋਟ ਲੈਸ ਦੈਨ 6 ਦੀ ਰਿਕੁਆਇਰਮੈਂਟ ਜ਼ਿਆਦਾਤਰ ਇੰਸਟੀਟਿਊਸ਼ਨ ਦੀ ਹੈਗੀ ਹੈ, ਸੂ ਕਾਲਜ ਦੀ ਓਵਰਆਲ 6 ਨੋਟ ਲੈਸ ਦੈਨ 5.5. ਆਫਕੋਰਸ
ਜ਼ਿਆਦਾਤਰ 100 ਵਿੱਚੋਂ 99 ਕਾਲਜ ਜਿੰਨੇ ਵੀ ਇੰਸਟੀਟਿਊਸ਼ਨ ਨੇ ਇੱਕ ਦੇ ਵਿੱਚ ਅੱਜ ਦੇ ਦਿਨ ਓਵਰਆਲ 6 ਅਤੇ 1 ਦੇ ਵਿੱਚ 5.5 ਨੂੰ ਐਕਸੈਪਟ ਕਰਦੇ ਨੇ, 2 ਦੇ ਵਿੱਚ ਜੇ 5.5 ਨੇ ਬਹੁਤ ਘੱਟ ਇੰਸਟੀਟਿਊਸ਼ਨ 'ਚ ਐਕਸੈਪਟ ਕਰਦੇ ਨੇ ਔਰ ਵੀਜ਼ਾ ਸਕਸੈਸ ਰੇਟ ਵੀ ਥੋੜ੍ਹਾ ਜਿਹਾ ਘੱਟ ਆਏਗਾ। ਹਮੇਸ਼ਾ ਮੈਂ ਐਡਵਾਈਸ ਦਿੰਦਾ ਹੈਗਾ ਕਿ ਐਸ ਡੀ ਆਰ 6 ਹੀ ਜਾਂ 1 ਦੇ ਵਿੱਚ 5.5 ਹੋਣ, ਓਵਰਆਲ 6 ਨੋਟ ਲੈਸ ਦੈਨ 5.5, 1 ਦੇ ਵਿੱਚ 5.5, ਜੇ 2 ਵਿੱਚ ਹੈਗੇ ਨੇ ਤਾਂ ਹੋਰ 2-3-4 ਵਾਰ ਆਈਲੈਟਸ ਦੇ ਕੇ ਇੰਪਰੂਵਮੈਂਟ ਕਰਕੇ ਹੀ ਕੇਸ ਨੂੰ ਲਾਉਣਾ ਚਾਹੀਦਾ। ਸਰ ਜਿਵੇਂ ਤੁਸੀਂ ਕਿਹਾ ਕਿ ਇੰਪਰੂਵ ਕਰਨ ਲਈ ਬੱਚਾ ਆਈਲੈਟਸ ਬਾਰ ਬਾਰ ਰਿਪੀਟ ਕਰ ਸਕਦਾ, ਕਿ ਇਹਦੇ ਨਾਲ ਗੈਪ ਨਹੀਂ ਵੱਧ ਜਾਂਦਾ ਸਟੂਡੈਂਟ ਦਾ? ਫਿਰ ਕੈਨੇਡਾ ਦੇ ਵਿੱਚ 1 ਸਾਲ ਤੋਂ ਜ਼ਿਆਦਾ ਗੈਪ ਵੀ ਐਕਸੈਪਟਡ ਹੈਗਾ ਨਹੀਂ ਹੈ? ਬਿਲਕੁਲ, ਇਹ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਪ੍ਰੀਤ ਜੀ। +2 ਤੋਂ ਬਾਅਦ, ਗ੍ਰੇਡ 12 ਤੋਂ ਬਾਅਦ ਵੀ 2-3 ਸਾਲਾਂ ਦੇ ਸਾਡੇ ਬਹੁਤ ਸਾਰੇ ਵੀਜ਼ੇ ਆਏ, ਕੋਈ ਪ੍ਰੋਬਲਮ ਨਹੀਂ। ਖਾਸ ਤੌਰ 'ਤੇ ਗ੍ਰੈਜੂਏਸ਼ਨ ਤੋਂ ਬਾਅਦ ਬਹੁਤ ਸਾਰੇ ਵੀਜ਼ੇ ਆਏ, ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਇਸ ਵਕਤ ਕੈਨੇਡਾ ਜਿਹੜਾ ਹੈਗਾ ਓਪਨ ਹੈਂਡਡਲੀ ਬਹੁਤ ਜ਼ਿਆਦਾ ਜਿਹੜੀਆਂ ਖੁੱਲੀਆਂ ਬਾਹਾਂ ਨਾਲ ਬਹੁਤ ਹਾਈ ਸਕਸੈਸ ਰੇਟ ਜਿਹੜਾ ਹੈ ਇਸ ਵਕਤ ਕੈਨੇਡਾ ਸਟੱਡੀ ਵੀਜ਼ਾ ਦਾ ਚੱਲਦਾ ਪਿਆ ਹੈਗਾ। ਲੇਕਿਨ ਉਹੀ ਗੱਲ ਹੈ ਕਿ ਗੈਪ ਦੀ ਪ੍ਰੋਬਲਮ ਤਾਂ ਨਹੀਂ ਹੈਗੀ, ਲੇਕਿਨ ਜੇ ਹੁਣ ਆਪਾਂ ਘੱਟ ਬੈਂਡਸ ਦੇ ਨਾਲ ਲਾਵਾਂਗੇ ਤਾਂ ਉਹਦੇ ਨਾਲ ਜਿਹੜਾ ਰਿਸਕ ਬਹੁਤ ਜ਼ਿਆਦਾ ਵਧੇਗਾ। ਇਸ ਕਰਕੇ ਉਹ ਗੈਪ ਦੀ ਪ੍ਰੋਬਲਮ ਨਹੀਂ ਹੈਗੀ ਹੈ, ਆਈਲੈਟਸ ਬੈਂਡ ਮੈਟਰ ਬਹੁਤ ਜ਼ਿਆਦਾ ਕਰਦੇ ਹੈਗੇ ਇਸ ਵਕਤ, ਅਤੇ ਆਪਣੀ ਬੈਸਟ ਪਰਫਾਰਮੈਂਸ ਦੇ ਨਾਲ ਔਫਕੋਰਸ ਓਵਰਆਲ 6 ਨੋਟ ਲੈਸ ਦੈਨ 5.5, 1 ਦੇ ਵਿੱਚ 5.5 ਨੇ ਬਿਲਕੁਲ ਡਰਨ ਦੀ ਜ਼ਰੂਰਤ ਨਹੀਂ। ਬਹੁਤ ਹਾਈ ਸਕਸੈਸ ਰੇਟ, 95-97% ਸਕਸੈਸ ਰੇਟ, ਨੋ ਪ੍ਰੋਬਲਮ ਐਟ ਆਲ। ਔਰ ਸਾਡੇ ਜਿਹੜੇ ਗੱਲਾਂ ਕਰੀਏ ਤਾਂ ਬਹੁਤ ਸਾਰੇ ਸੂ ਕਾਲਜ ਦੇ ਬਹੁਤ ਸਾਰੇ ਪ੍ਰੋਗਰਾਮਸ ਨੇ, ਅਬਾਊਟ 40 ਪ੍ਰੋਗਰਾਮਸ ਮੇਰੇ ਖਿਆਲ ਹੈਗੇ ਨੇ, ਲਵਜੀਤ ਜੀ ਜ਼ਿਆਦਾ ਬੈਟਰ ਦੱਸਣਗੇ। ਲੇਕਿਨ ਮਈ ਵਾਸਤੇ ਪੀ ਜੀ ਪ੍ਰੋਗਰਾਮਸ ਹੀ ਹੈਗੇ ਨੇ, ਪੋਸਟ ਸੈਕੰਡਰੀ ਪ੍ਰੋਗਰਾਮ ਨਹੀਂ ਹੈਗੇ। ਪੀ ਜੀ ਦੇ 4 ਪ੍ਰੋਗਰਾਮਸ ਨੇ, ਲੇਕਿਨ ਸਪਤੰਬਰ ਵਾਸਤੇ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ। ਲੇਕਿਨ ਇਹ ਉਹੀ ਕਿ ਜਲਦੀ ਫਿਲ ਹੋ ਜਾਂਦੇ ਨੇ, ਅੱਜ ਕੱਲ੍ਹ ਬਹੁਤ ਜ਼ਿਆਦਾ ਨੰਬਰ ਆਫ ਐਪਲੀਕੇਸ਼ਨਸ ਹੈਗੀਆਂ ਨੇ। ਪੁਰਾਣੀ ਗੱਲ ਨਹੀਂ ਹੈਗੀ ਕਿ ਜਦੋਂ ਪਹਿਲਾਂ ਮਈ ਖਤਮ ਹੋਏਗਾ ਫਿਰ ਸਪਤੰਬਰ ਹੋਏਗਾ, ਜਿਨ੍ਹਾਂ ਕਾਲਜਿਸ ਦੇ ਵਿੱਚ ਮਈ ਇਨਟੇਕ ਵਿੱਚ ਘੱਟ ਸੀਟਾਂ ਨੇ ਉਹ ਸਪਤੰਬਰ ਪਹਿਲਾਂ ਖੋਲ੍ਹਦੇ ਪਏ ਨੇ, ਔਰ ਜਲਦੀ ਹੀ ਸੀਟਾਂ ਫੁੱਲ ਹੋ ਜਾਣਗੀਆਂ। ਆਪਣੀ ਐਪਲੀਕੇਸ਼ਨਸ ਡਿਸਾਈਡ ਕਰਕੇ ਕਿ ਕਿੱਥੇ ਜਾਣਾ ਹੈ, ਅਤੇ ਸੂ ਕਾਲਜ ਜੇ ਜਾਣਾ ਹੈਗਾ ਅਤੇ ਖਾਸ ਤੌਰ 'ਤੇ ਜਿਹੜਾ ਹੈ ਇਮੀਗ੍ਰੇਸ਼ਨ ਜਿਹੜਾ ਪਾਇਲਟ ਪ੍ਰੋਗਰਾਮ ਕੱਢਿਆ ਉਸ ਦੇ ਕਰਕੇ ਪ੍ਰੈਫਰ ਹੋ ਗਿਆ ਹੈਗਾ, ਔਰ ਜ਼ਿਆਦਾ ਲੋਕ ਉੱਥੇ ਜਾਣਾ ਚਾਹਣਗੇ। ਅਤੇ ਆਪਣੀ ਜੇ ਉੱਥੇ ਜਾਣਾ ਹੋਵੇ ਅਤੇ ਕੰਡੀਸ਼ਨਲ ਆਫਰ ਲੈਟਰ ਨਹੀਂ ਹੈਗੀ, ਦਾ ਮਤਲਬ ਹੈ ਕਿ ਸਾਰੇ ਡਾਕੂਮੈਂਟਸ ਐਂਡ ਆਈਲੈਟਸ ਦਾ ਸਕੋਰ ਜਿਹੜਾ ਆਈਲੈਟਸ ਦਾ ਰਿਜ਼ਲਟ ਨਾਲ ਹੋਣਾ ਚਾਹੀਦਾ, ਅਤੇ ਸਾਡੇ ਜਿਹੜੇ ਆਫਿਸਿਸ ਦੇ ਵਿੱਚ ਕੰਟੈਕਟ ਕਰ ਲੈਣ। ਖਾਸ ਤੌਰ 'ਤੇ ਕੱਲ੍ਹ 31 ਤਰੀਕ ਨੂੰ, 31 ਅਕਤੂਬਰ ਨੂੰ ਚੰਡੀਗੜ੍ਹ ਦੇ ਵਿੱਚ ਸਾਡਾ ਪਾਇਨੀਅਰ ਇਮੀਗ੍ਰੇਸ਼ਨ ਨੇ ਸੈਮੀਨਾਰ ਅਰੇਂਜ ਕੀਤਾ, ਜਿਸ ਦੇ ਵਿੱਚ ਜਿਹੜਾ ਸੂ ਕਾਲਜ ਦੇ ਜਿਹੜੇ ਰੀਜਨਲ ਮੈਨੇਜਰ ਮਿਸਟਰ ਲਵਜੀਤ ਸਿੰਘ ਉੱਥੇ ਅਵੇਲੇਬਲ ਹੋਣਗੇ। ਉਹਨਾਂ ਨੂੰ ਉੱਥੇ ਮਿਲ ਕੇ ਹੋਰ ਵੀ ਕਈ ਕਾਲਜਿਸ ਦੇ ਨੁਮਾਇੰਦੇ ਜਿਹੜੇ ਹੈ ਉੱਥੇ ਪਾਰਟੀਸਪੇਟ ਕਰਨਗੇ, ਉਹਨਾਂ ਨੂੰ ਮਿਲ ਕੇ ਗੱਲਬਾਤ ਕਰਕੇ ਆਪਣੀ ਜਿਹੜੀ ਹੈ ਐਪਲੀਕੇਸ਼ਨ ਬਾਰੇ ਡਿਸਾਈਡ ਕਰ ਸਕਦੇ ਹਾਂ ਜੀ। ਜੀ ਸਰ, ਸੂ ਕਾਲਜ ਕੈਨੇਡਾ ਦੇ ਬਾਰੇ ਤੁਸੀਂ ਦੱਸਿਆ, ਮੇਨ ਇਨਟੇਕ ਅਤੇ ਸੈਪਟੈਂਬਰ ਇਨਟੇਕ ਪੀ ਜੀ ਪ੍ਰੋਗਰਾਮ ਸੀ ਆਪਾਂ ਗੱਲ ਕਰ ਰਹੇ ਹਾਂ। ਸਰ, ਜਨਵਰੀ 2020 ਇਨਟੇਕ ਜਿਹੜਾ ਹੈਗਾ ਹੈ, ਸਮਾਂ ਬਹੁਤ ਘੱਟ ਪਿਆ, ਕਿ ਇਸ ਵੇਲੇ ਕੁਛ ਯੂਨੀਵਰਸਿਟੀਜ਼ ਕਾਲਜਿਸ ਤੁਹਾਡੇ ਕੋਲ ਹੈਗੇ ਅਵੇਲੇਬਲ ਕਿ ਸਟੂਡੈਂਟ ਅਪਲਾਈ ਕਰ ਸਕਦਾ? ਬਿਲਕੁਲ, ਕੁਛ ਰੇਅਰ ਹੈਗੇ ਨੇ ਜਿੱਥੇ ਕਿ ਡਿਪੈਂਡ ਕਰਦਾ ਬੱਚਾ ਜਾਣਾ ਚਾਹੇਗਾ ਕਿ ਨਹੀਂ ਜਾਣਾ ਚਾਹੇਗਾ, ਕਿਤੇ ਹਰ ਇੱਕ ਵਿੱਚ ਨਹੀਂ ਅਵੇਲੇਬਲ। ਜ਼ਿਆਦਾਤਰ ਇਸ ਵਕਤ ਜਿਹੜਾ ਜਨਵਰੀ ਇਨਟੇਕ ਕਲੋਜ਼ ਹੋ ਗਿਆ, ਲੇਕਿਨ ਕਿਤੇ ਕਿਤੇ ਕੋਈ ਕੋਈ ਸੀਟ ਬਾਕੀ ਹੈਗੀ ਬਚਦੀ, ਔਰ ਉਸ ਦੇ ਬਾਰੇ ਵੀ ਕੱਲ੍ਹ ਜਿਹੜਾ ਹੈ 31 ਅਕਤੂਬਰ ਨੂੰ ਸਾਡੇ ਚੰਡੀਗੜ੍ਹ ਆਫਿਸ ਜਿਹੜਾ ਹੈਗਾ ਸੈਕਟਰ 35 ਦੇ ਵਿੱਚ ਤੁਸੀਂ ਆਪਣਾ ਸਾਰੇ ਜਿਹੜੇ ਡਾਕੂਮੈਂਟਸ ਲੈ ਕੇ, ਖਾਸ ਤੌਰ 'ਤੇ ਰਿਫਿਊਜ ਕੇਸਿਸ ਵੈਲਕਮ, ICCRC ਮੈਂਬਰ ਆਪਣੀ ਪਰਸਨਲ ਦੇਖ ਰੇਖ ਦੇ ਵਿੱਚ ਕੇਅਰ ਦੇ ਨਾਲ ਕੇਸਿਸ ਨੂੰ ਅਸੀਂ ਲਾਉਂਦੇ ਹੈਗੇ ਹਾਂ ਬੜੀ ਧਿਆਨ ਦੇ ਨਾਲ। ਵੀ ਵਰਕ ਫੋਰ ਦਾ ਸੇਕ ਆਫ ਵਰਕ, ਬੱਚਿਆਂ ਦੇ ਫਿਊਚਰ ਦਾ ਬਹੁਤ ਜ਼ਿਆਦਾ ਧਿਆਨ ਕਰਦੇ ਹਾਂ, ਇਟ ਇਜ਼ ਅ ਸੈਂਸੀਬਲ ਮੈਟਰ। ਪੈਸਿਆਂ ਨੂੰ ਮੁੱਖ ਰੱਖ ਕੇ ਜਾਂ ਜਲਦਬਾਜ਼ੀ ਦੇ ਵਿੱਚ ਕੰਮ ਨਹੀਂ ਕਰਦੇ, ਪਰਸਨਲ ਕੇਅਰ ਨਾਲ ਕੰਮ ਕਰਨ ਕਰਕੇ ਜਿੰਨੇ ਵੀ ਰਿਫਿਊਜ਼ ਕੇਸਿਸ ਆ, ਆਪਣੀ ਰਿਫਿਊਜ਼ਲ ਲੈਟਰ ਔਰ ਆਪਣੇ ਸਾਰੇ ਐਜੂਕੇਸ਼ਨਲ ਡਾਕੂਮੈਂਟਸ ਨਾਲ ਸਾਡੇ ਜਿਹੜੇ ਚੰਡੀਗੜ੍ਹ ਆਫਿਸ ਦੇ ਵਿੱਚ ਮਿਲ ਕੇ ਸਾਡੇ ਨਾਲ ਆਪਣਾ ਕੇਸ ਡਿਸਕਸ ਕਰ ਸਕਦੇ। ਜੀ ਸਰ, ਤੁਹਾਡੇ ਵੱਲ ਆਉਂਗੀ ਸਰ, ਕਿ ਸੂ ਕਾਲਜ ਦੀ ਜੇ ਕੈਨੇਡਾ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਕਿ ਉਹਦੇ ਲਈ ਫੀ ਔਰ ਫੰਡ ਉਹ ਕਿਵੇਂ ਬੱਚਾ ਸ਼ੋਅ ਕਰਦਾ, ਉਹਦੇ ਵਿੱਚ ਵੀ ਬੱਚਾ ਕਨਫਿਊਜ਼ ਹੋ ਜਾਂਦਾ ਜਿਹਦੇ ਕਰਕੇ ਰਿਫਿਊਜ਼ਲ ਦਾ ਵੀ ਸਾਹਮਣਾ ਕਰਨਾ ਪੈਂਦਾ? ਐਕਚੁਲੀ ਇਫ ਔਰ ਡਿਪੈਂਡਸ ਅਪੋਨ ਦੀ ਪ੍ਰੋਫਾਈਲ, ਜੇ ਸਟੂਡੈਂਟ ਅੰਡਰ SDS ਕੈਟੇਗਰੀ ਲਗਾ ਰਿਹਾ, ਉਹਨਾਂ ਨੂੰ 1 ਸਾਲ ਦੀ ਆਪਣੀ ਟਿਊਸ਼ਨ ਫੀਸ ਪੇ ਕਰਨੀ ਆ, ਉਹਨਾਂ ਨੂੰ 1 ਸਾਲ ਦਾ ਆਪਣਾ ਲਿਵਿੰਗ ਐਕਸਪੈਂਸ ਐਜ਼ ਏ GIC ਪੇ ਕਰਨਾ ਆ, ਪਲੱਸ ਉਹਨਾਂ ਨੂੰ ਆਪਣਾ ਡਾਕੂਮੈਂਟੇਸ਼ਨ ਬੇਸਿਕ ਜਿਹੜੇ ਫਾਈਲਿੰਗ ਦੇ ਵਿੱਚ ਲੱਗਣੇ ਆ ਉਹ ਲੱਗਣੇ। ਪਰ ਜੇ ਉਹ ਅੰਡਰ ਨੋਨ SDS ਲਗਾਉਂਦੇ ਨੇ, ਡੈਫੀਨੇਟਲੀ ਜੋ ਉਹਨਾਂ ਦਾ ਫਾਈਲਿੰਗ ਦਾ ਪ੍ਰੋਸੈਸ ਰਹੇਗਾ ਥੋੜ੍ਹਾ ਜਿਹਾ ਉਹਨਾਂ ਦਾ ਡਿਫਰੈਂਟ ਹੋ ਜਾਏਗਾ, ਲਾਈਕ ਫੀਸ ਉਹਨਾਂ ਨੂੰ 1 ਸਾਲ ਦੀ ਪੇ ਕਰਨੀ ਪਏਗੀ, 1 ਸਾਲ ਦਾ ਉਹਨਾਂ ਨੂੰ ਰਿਕਮੈਂਡੇਸ਼ਨ ਰਹੇਗਾ GIC ਕਰੋ, ਪਲੱਸ ਜੋ ਉਹਨਾਂ ਦੇ ਐਡੀਸ਼ਨਲ ਫਾਈਨੈਂਸ਼ੀਅਲ ਡਾਕੂਮੈਂਟ ਰਹਿਣਗੇ ਦੇ ਕੈਨ ਸਬਮਿਟ ਐਂਡ ਦੇ ਕੈਨ ਗੋ ਫੋਰ ਦ ਵੀਜ਼ਾ ਫਾਈਲਿੰਗ। ਬਟ
ਸਭ ਤੋਂ ਇੰਪੋਰਟੈਂਟ ਜੇ ਅਸੀਂ ਗੱਲ ਕਰੀਏ ਅੱਜ ਦੇ ਟਾਈਮ 'ਚ ਇੰਟਰਨੈਸ਼ਨਲ ਸਟੂਡੈਂਟ ਇੱਕ ਸਕੋਲਰਸ਼ਿਪ ਵਾਲੇ ਪੁਆਇੰਟ 'ਤੇ ਬਹੁਤ ਜ਼ਿਆਦਾ ਲੁੱਕ ਆਊਟ ਕਰ ਰਹੇ ਨੇ ਸਕੋਲਰਸ਼ਿਪ ਇੱਕ ਬਹੁਤ ਅੱਛੀ ਇੱਕ ਫਾਈਨੈਂਸ਼ੀਅਲ ਸਪੋਰਟ ਹੁੰਦੀ ਇੰਟਰਨੈਸ਼ਨਲ ਸਟੂਡੈਂਟ ਨੂੰ ਬਟ ਡੈਫੀਨੇਟਲੀ ਵੀ ਆਰ ਪ੍ਰੋਵਾਈਡਿੰਗ ਇੰਟਰਨੈਸ਼ਨਲ ਸਟੂਡੈਂਟ ਲਈ $100,000 ਦੀ ਸਕੋਲਰਸ਼ਿਪ ਐਵਰੀ ਈਅਰ ਐਂਡ ਇਫ ਸਟੂਡੈਂਟ ਇਜ਼ ਐਲੀਜੀਬਲ ਐਜ਼ ਪਰ ਦੇ ਪ੍ਰੋਫਾਈਲ ਦੇ ਕੈਨ ਅਪਲਾਈ ਐਂਡ ਦੇ ਕੈਨ ਅਵੇਲ ਦੀ ਸਕੋਲਰਸ਼ਿਪ ਓਪਰਚੁਨਿਟੀਜ਼ ਐਜ਼ ਵੈਲ ਜੀ ਸਰ ਸੋ ਸੈਂਟ ਮੈਰੀ ਜੋ ਤੁਸੀਂ ਦੱਸਿਆ ਹੈ ਕਿ ਸਿਟੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਪਰਮਾਨੈਂਟ ਰੈਜ਼ੀਡੈਂਸੀ ਬੈਨੀਫਿਟਸ ਕੀ ਦੇਖਦੇ ਹੋ ਸਰ ਥੋੜ੍ਹਾ ਜਿਹਾ ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਸਭ ਤੋਂ ਇੰਪੋਰਟੈਂਟ ਇੱਕ ਪਰਸਨਲ ਟੈਨਸ਼ਨ ਬਿਕੋਜ਼ ਸਰ ਨੇ ਕਿਹਾ ਕਿ ਜਿੰਦਾ ਵੱਡੀ ਸਿਟੀਜ਼ 'ਚ ਜਾ ਕੇ ਇੱਕ ਸਟੂਡੈਂਟ ਨੂੰ ਉਨਾ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਮਿਲਦੀ ਹੈ ਲਾਈਕ ਸਮ ਟਾਈਮ ਦੇ ਡੂ ਗੈਟ ਗੁਆਚ ਜਾਂਦਾ ਬੱਚਾ ਆਪਾਂ ਪੰਜਾਬੀ ਕਹਿੰਦੇ ਡੂ ਡੇ ਹੈ ਦੇ ਡੂ ਹੈਵ ਸਮ ਰੈਲੇਟਿਵਸ ਚਾਹੇ ਉਹਨਾਂ ਦੇ ਰੈਲੇਟਿਵ ਬਟ ਦੇ ਆਰ ਵਿਦ ਦੈਮ ਫੋਰ ਸਰਟਨ ਟਾਈਮ ਪੀਰੀਅਡ ਬਟ ਜੇ ਅਸੀਂ ਗੱਲ ਕਰੀਏ ਵੀ ਡੂ ਪ੍ਰੋਵਾਈਡ ਅਕੋਮੋਡੇਸ਼ਨਸ ਸਾਡੇ ਕੋਲ ਆਪਣੇ ਪੋਸਟ ਲੈਂਡਿੰਗ ਸਰਵਿਸਿਸ ਐਗਜੈਕਟਲੀ ਵੀ ਡੂ ਪ੍ਰੋਵਾਈਡ ਪੋਸਟ ਲੈਂਡਿੰਗ ਸਰਵਿਸਿਸ ਆਫਟਰ ਦੇ ਵੀਜ਼ਾ ਵਾਂਸ ਰੀਚ ਓਵਰ ਦੇ ਬਿਫੋਰ ਦੈਟ ਦੇ ਹੈਵ ਟੂ ਇਨਫੋਰਮ ਕਿ ਲਾਈਕ ਉਹਨਾਂ ਨੇ ਆਪਣੀ ਅਕੋਮੋਡੇਸ਼ਨ ਬੁੱਕ ਕਰਨੀ ਵੀ ਹੈਵ ਇਟ ਫੋਰ ਲਿਮਿਟਿਡ ਸਟੂਡੈਂਟ ਬਟ ਇੰਟਰਨੈਸ਼ਨਲ ਕਮਿਊਨਿਟੀ 'ਚ ਇੰਡੀਅਨ ਸਟੂਡੈਂਟ ਦਾ ਬਹੁਤ ਅੱਛਾ ਉੱਥੇ ਇੱਕ ਰੈਪੂਟੇਸ਼ਨਸ ਹੈ ਇੰਟਰਨੈਸ਼ਨਲ ਸਟੂਡੈਂਟ 'ਚ ਇੰਡੀਅਨ ਸਟੂਡੈਂਟ ਦੇ ਪ੍ਰੈਜੀਡੈਂਟ ਨੇ ਸਟੂਡੈਂਟ ਅਡਵਾਈਜ਼ਰਸ ਨੇ ਜਿਹੜੇ ਕਿ ਉੱਥੇ ਜਾ ਕੇ ਮਿਲ ਸਕਦੇ ਡਿਊਰਿੰਗ ਸਟੱਡੀ ਜਿਹਨਾਂ ਨੂੰ ਪਾਰਟ ਟਾਈਮ ਜੋਬ ਜਾਂ ਫੁੱਲ ਟਾਈਮ ਜੋਬ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀ ਆ ਕੋਈ ਕੰਸਰਨ ਆ ਵੀ ਹੈਵ ਦਿਸ ਸਟੂਡੈਂਟ ਸਰਵਿਸ ਸੈਂਟਰ ਜਿੱਥੇ ਜਾ ਕੇ ਉਹ ਆਪਣਾ ਮਿਲ ਕੇ ਆਪਣੀ ਇੰਟਰਨੈਸ਼ਨਲ ਐਜੂਕੇਸ਼ਨ ਦੇ ਰਿਲੇਟਡ ਕੋਈ ਵੀ ਕੁਐਰੀ ਆ ਕੋਈ ਵੀ ਡਾਊਟ ਆ ਦੇ ਕੈਨ ਗੈਟ ਵੀ ਆਰ ਇਨ ਅਵੇਲੇਬਲ ਇਨ ਇੰਡੀਆ ਮੈਂ ਅਵੇਲੇਬਲ ਹਾਂ ਬਾਕੀ ਜਦੋਂ ਵੀ ਤੁਸੀਂ ਕਿਸੇ ਡਾਇਰੈਕਟ ਰਿਪ੍ਰੈਜੈਂਟੇਟਿਵ ਨੂੰ ਮਿਲਣਾ ਆ ਤੁਸੀਂ ਉਹਨਾਂ ਨਾਲ ਤਾਂ ਹੀ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਡਾਇਰੈਕਟ ਉਸ ਪਰਟੀਕੁਲਰ ਕੰਪਨੀ ਨਾਲ ਡੀਲ ਕਰਦੇ ਹੋ ਜਿਹੜੇ ਕਿ ਉਸ ਕਾਲਜ ਯੂਨੀਵਰਸਿਟੀ ਨੂੰ ਡਾਇਰੈਕਟਲੀ ਪ੍ਰੈਜੈਂਟ ਕਰਦੇ ਹਾਂ ਫੋਰ ਸੂ ਕਾਲਜ ਵੀ ਹੈਵ ਏ ਵੈਰੀ ਫਿਊ ਪੀਪਲ ਇਨ ਇੰਡੀਆ ਐਂਡ ਡਾਕਟਰ ਗਰਗ ਇਜ਼ ਵਨ ਆਫ ਦੈਮ ਐਂਡ ਵੀ ਹੋਪ ਲਾਈਕ ਵੀ ਵਿਲ ਗੈਟ ਵੈਰੀ ਗੁੱਡ ਸਰਵਿਸਿਸ ਐਂਡ ਵੀ ਵਿਲ ਬੀ ਏਬਲ ਟੂ ਪ੍ਰੋਵਾਈਡ ਵੈਰੀ ਗੁੱਡ ਸਰਵਿਸ ਟੂ ਆਰ ਸਟੂਡੈਂਟ ਐਜ਼ ਵੈਲ ਜੀ ਸਰ ਸੂ ਸੈਂਟ ਮੈਰੀ ਸਿਟੀ ਬਾਰੇ ਇੱਕ ਵੀਡੀਓ ਬਣਾਈ ਗਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਮੈਰੀ ਸਿਟੀ ਦੀ ਵੀਡੀਓ ਜੇ ਤੁਸੀਂ ਵੀ ਚਾਹਵਾਂ ਨੂੰ ਸੂ ਕਾਲਜ ਕੈਨੇਡਾ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜੀ ਵਿਜ਼ਿਟ ਕੀਤਾ ਜਾ ਸਕਦਾ ਪਾਇਨੀਅਰ ਇਮੀਗ੍ਰੇਸ਼ਨ ਜਾਂ ਸ਼ੋਅ ਤੋਂ ਬਾਅਦ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਸਕਰੀਨ 'ਤੇ ਨੰਬਰ ਫਲੈਸ਼ ਹੋ ਰਿਹਾ ਜੀ ਕਾਲ ਕੀਤੀ ਜਾ ਸਕਦੀ ਹੈ ਸਰ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਸਰ ਥੈਂਕ ਯੂ ਧੰਨਵਾਦ ਸਾਰੇ ਦਰਸ਼ਕਾਂ ਦਾ ਮੇਰੀ ਟੈਕਨੀਕਲ ਟੀਮ ਦਾ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ